ਹਾਂਜੀ ਬਾਈ ਜੀ, ਹੋਰ ਕੀ ਹਾਲ ਨੇ? ਸਾਰਿਆਂ ਦੇ ਠੀਕ ਠਾਕ ਜੀ? ਲਓ ਜੀ ਵੀਰੇ, ਇੱਕ ਹੋਰ ਵੀਡੀਓ ਲਿਆਂਦੀ ਆ ਹੁਣ ਤੁਹਾਡੇ ਲਈ। ਪਚਿੰਕੀ ਦੇ ਵਿੱਚ ਉੱਤਰ ਕੇ ਮਾਰੀ ਸਿੱਧੇ ਟੱਕਰ ਜਾ ਕੇ ਗੇਟ ਨਾਲ, ਠਾ ਦੇਣੇ ਵੱਜਿਆ, ਕਹਿੰਦਾ ਨਹੀਂ ਤਾਂ ਪੱਟ ਦੂੰਗਾ ਗੇਟ ਕੁੰਡਾ ਖੋਲ ਜੱਟੀ ਹੈ। ਪੌੜੀਆਂ ਚੜ੍ਹ ਕੇ ਆਇਆ। ਉਹ ਐਲੀ ਮਾਂਗਟ ਦਾ ਗਾਣਾ ਜਿਹਾ ਸੀ। ਚੱਲ ਹੁਣ ਤੂੰ ਐਂ ਦੱਸ ਬਾਈ, ਪਚਿੰਕੀ ਦੇ ਵਿੱਚ ਕਿਉਂ ਉਤਰਿਆ? ਕੀ ਤੈਨੂੰ ਦੇਖਿਆ ਵੀ ਇੱਥੇ ਉਤਰੀ ਹੈ? ਉਰੇ ਨਾ ਮੇਰਾ ਜੀ ਜਿਹਾ ਲੱਗ ਜਾਂਦਾ ਆ ਕੇ, ਜਿਵੇਂ ਨਾਨਕਿਆਂ ਦਾ ਘਰ ਹੈ। ਹਾਂ, ਬਾਬੇ ਨਾਨਕੇ ਵਾਲੀ ਫੀਲਿੰਗ ਆਉਂਦੀ ਆ। ਅਤੇ ਉਹਦੇ ਕੋਲ ਬਾਰੀ ਜੀ ਚੱਲਦੀ ਹੁੰਦੀ ਆ, ਮਾਂ ਚੱਲ ਇਹਨਾਂ ਨੂੰ ਮੈਨੂੰ ਸ਼ੋਰ ਸ਼ਰਾਬਾ ਵਧੀਆ ਨਹੀਂ ਲੱਗਦਾ। ਸ਼ਾਂਤੀ ਸ਼ਾਂਤੀ ਕਰਾਂਗੇ ਹੁਣ, ਦੇਖੀ ਉਰੇ ਓਮ ਸ਼ਾਂਤੀ ਦੇਖੀ। ਓ ਬਾਈ, ਲੈ ਇੱਕ ਇੱਥੇ ਹੋਰ ਹੁੰਦਾ ਇਹਦਾ ਟੀਮ ਮੇਟ, ਚੱਕ ਇਹਦੀ ਵੀ ਘਰ ਦੀ ਸ਼ਾਂਤੀ। ਉਰੋ ਖੁੱਲ੍ਹ ਗਿਆ ਆਪਣਾ ਖਾਤਾ, ਸ਼ਾਂਤੀ ਆ, ਕਿੱਲ ਸ਼ਾਂਤੀ। ਇਹ ਤਾਂ ਦੇਖ ਸਾਲੇ ਕਿਹੋ ਜਿਹੇ ਲੈਂਡਰ ਬੰਦੇ, ਕਿਚਨ ਦੇ ਵਿੱਚ ਸੈਲਫ ਦੇ ਥੱਲੇ ਲੁਕਿਆ ਤੇ ਉਰੇ ਦੇਖਿਓ ਇਹਨਾਂ ਨੂੰ ਕਿਵੇਂ ਪੇਲਿਆ। ਜੇ ਆਹ ਚੀਜ਼ ਘੈਂਟ ਲੱਗੀ ਹੋਵੇ ਨਾ ਤਾਂ ਸ਼ਾਂਤੀ ਨਾਲ ਲਾਈਕ ਠੋਕੋ, ਅਤੇ ਜੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਇੱਕ ਮੈਗਜ਼ੀਨ 'ਚ ਦੋਹਾਂ ਦੇ ਪਿੱਲ ਪਾ ਛੱਡੇ। ਉਹ ਵੀ ਬਾਈ ਕੋਈ ਸਕੋਪ ਨਹੀਂ ਸੀਗਾ, ਆਹੋ ਹੀ ਸੀਗਾ ਰੈੱਡ ਡੋਟ। ਰੈੱਡ ਡੋਟ ਐਂ ਦੇਖੋ, ਆਹ ਦੇਖੋ ਬੋਟ ਉੱਤੇ ਕੰਧ ਨਾਲ ਵੱਜਿਆ ਸਰ ਵਿਚਾਰੇ ਦਾ, ਉੱਠ ਕੇ ਜਮਾ ਗੱਲ ਨਾਲੇ ਚੇਪਤਾ ਗੈਲ ਕੁਛ ਲੱਗਦਾ ਨਹੀਂ ਹੁੰਦਾ ਦੇਖੀ। ਬਾਬੇ ਜੂਜੀ ਜੀ ਇੰਨੀ ਡੈਮੇਜ ਦਿੰਦੀ ਆ ਨਾ ਕੋਲੋਂ, ਛੱਡਦੇ ਗੱਲਾਂ। ਪਰ ਸਾਲਾ ਮੈਨੂੰ ਆਹ ਕਿਵੇਂ ਭਰਤਾ ਪਿੱਤਲੇ ਪਿੱਤਲਾ ਮੋਟਰਸਾਈਕਲ ਵਾਲੇ ਦੇ ਦੇਖਿਓ। ਇਹਦਾ ਤਾਂ ਵਿਚਾਰੇ ਦਾ ਬਾਲਾ ਤਾਂ ਆਪਦੀ ਜਾਨ ਚ ਕਹਿੰਦਾ ਪਿਛਲੀ ਆ, ਬਹੁਤ ਮਾੜੀ ਹੋਈ। ਜਾਂਦਾ ਜਾਂਦਾ ਹੀ ਸਿੱਟ ਲਿਆ, ਦੇਖੀ ਕਹੂਗਾ ਮੈਨੂੰ ਛੱਡ ਦੋ, ਉਹ ਸਿੱਟੂਗਾ ਆਪਾਂ ਬਾਅਦ 'ਚ ਤਾਂ ਗੋਲੀ ਮਾਰ ਦੇਣੀ। ਦੇਖੀ ਇਹਨੂੰ ਐਂ ਸੀ ਹੈਲਥ ਹੁਲਥ ਕਿੱਟਾ ਸਿੱਟ ਦਿੰਦਾ ਵੀ ਇਹਨਾਂ ਨੂੰ ਮਿਲਣਾ, ਗੰਨ ਗੁੰਨ ਸਿੱਟ ਦਿੰਦਾ ਦੇਖ ਵੀ ਹੈ ਐਂ ਹੋ ਜੂਗਾ। ਸਮਾਨ ਲੁੱਟਦੇ ਹੁੰਦੇ ਆ ਦੇਖੀ ਉੱਧਰੋਂ ਘਰਾਂ 'ਚੋਂ ਗੋਲੀਆਂ ਬੁਲਾ ਲੈਂਦੇ ਨੇ। ਮਹਾਂ ਚੱਲ ਬਾਈ ਹੁਣ ਸੱਦਾ ਆਇਆ, ਜਾਣਾ ਵੀ ਜਾਣਾ ਤਾਂ ਪਊਗਾ ਹੀ। ਉਹ ਰਹੇ ਖਿੱਚਤਾ ਦੂਮ ਮਚਾ ਲੇ ਦੂਮ ਮਚਾ ਲੇ ਦੂਮ, ਜਾ ਕੇ ਸਿੱਧਾ ਮਾਰਿਆ ਕੰਧ 'ਚ। ਇਹ ਉਰੇ ਸਾਲੇ ਉਹ ਕਰਦੇ ਸੀਗੇ ਦੇਖੀ, ਆਹ ਤਾਂ ਬੋਰਡ ਸੀ ਇੱਕ, ਆਹ ਬੰਦਾ ਦੇਖਿਓ ਭੈਣ ਚੋ ਕਿਵੇਂ ਪਿਆ, ਮਾਰਤਾ ਦੀ ਮੈਨੂੰ ਇਹਨੇ ਆ ਗਏ ਛੋਟੇ ਬਾਬੇ ਕਿੱਥੇ ਪਿਆ ਇਹ ਸੱਪ ਬਣੇ, ਆਪਾਂ ਨੂੰ ਤਾਂ ਦਿਖਿਆ ਵੀ ਨਹੀਂ ਸਾਲੇ। ਉਹ ਹਲੇ ਬੰਦੇ ਦੇਖ ਲਓ, ਹਲੇ ਮੈਚ ਸ਼ੁਰੂ ਹੋਇਆ ਹੁਣ ਤੋਂ ਇਹ ਸੱਪ ਉਰੇ ਬਾਈ ਜਾਂਦੇ ਹੁੰਦੇ ਸੀ ਆਪਦੇ ਟੌਰ ਨਾਲ, ਟੌਰ ਨਾਲ ਛੜਾ ਮੁੰਡਾ ਜਾਨੂੰ ਫਲੇਅਰ ਦੀ ਆਵਾਜ਼ ਆ ਜਾਂਦੀ ਆ ਤੁਸ਼ਕਿਉਂ ਆ ਦੇਣੇ। ਮਹਾਂ ਚੱਲ ਵੀ ਹੁਣ ਇਹਨਾਂ ਨੂੰ ਵੀ ਠੰਡੇ ਜੇ ਕਰਾਈਏ, ਜਦੋਂ ਨਾ ਲਾਲਚ ਹੁੰਦਾ ਹੀ ਆ ਤੁਹਾਨੂੰ ਪਤਾ ਹੀ ਆ ਕਿਸੇ ਦਾ ਡਰੌਪ ਲੁੱਟਦੇ ਆ। ਪਹਿਲਾਂ ਤਾਂ ਇਹਦੇ ਸਪਰੇ ਦਿੱਤਾ, ਜਦੋਂ ਕਿਸੇ ਬਗਾਨੇ ਦਾ ਡਰੌਪ ਲੁੱਟਦੇ ਨਾ ਉਹ ਸਵਾਦ ਲੱਗੇ ਹੁੰਦਾ, ਅਤੇ ਹੁਣ ਦੇਖੀ ਮੇਰਾ ਪੜਾਕਾ ਪਾਉਣਗੇ ਇਹ। ਪਰ ਮਣਾ ਵੀਰਾ ਬਚਾ ਲੈਂਦਾ ਆਪਾਂ ਨੂੰ, ਪ੍ਰੋ ਪਲੇਅਰ ਪਬਜੀ ਦੇ ਆਪਣੇ ਨਾਲ ਖੇਡ ਰਹੇ ਨੇ, ਡਰਨ ਦੀ ਕੀ ਗੱਲ, ਡਰਨ ਦੀ ਕੋਈ ਲੋੜ ਨਹੀਂ ਬੱਚਾ। ਹਾਂ ਆਪਾਂ ਪਾ ਦੇਣੀ ਆ ਖੁੱਤੀ, ਦੇਖੀ ਹੁਣ ਉਰੇ ਬੰਦੇ ਦੇਖ ਜਾਣਗੇ। ਇੱਕ ਤਾਂ ਰਾਗੜ, ਇੱਕ ਤਾਂ ਰਾਗੜ ਤਾਂ ਦੂਏ ਨੂੰ ਰਗੜੂੰਗਾ, ਪੋਜੀਸ਼ਨ ਲਈ ਬੈਠਾ ਸੀਗਾ ਉਰੇ, ਮੇਰੀ ਗਲਤੀ ਐਂ ਸੀ ਮੈਂ ਐਂ ਵੱਜ ਗਿਆ। ਆਹਦੇ ਡੈਮੇਜ ਮੈਂ ਉਹਨੂੰ ਦੇਤੀ ਸੀ, ਬਾ ਤੇਰੀ ਇੱਕ ਅੱਧੀ ਗੋਲੀ ਲੱਗੀ ਮਰ ਗਿਆ ਵੀਰੇ। ਇਕੱਠੇ ਰਹਿਣ ਦਾ ਐਂ ਫਾਇਦਾ ਹੁੰਦਾ, ਫਾਇਦਾ ਹੀ ਫਾਇਦਾ ਸੀਗਾ ਬਾਈ। ਬਾਈ ਜੀ ਇਹਨਾਂ ਦਾ ਡਰੋਪ ਡਰੂਪ ਆ ਜਾਂਦਾ ਹੈ, ਮਹਾਂ ਲੈ ਵੀ ਇਹ WM ਆਊਗੀ ਡਰੋਪ 'ਚ, ਪਰ ਕੁਛ ਵੀ ਨਹੀਂ ਆਉਂਦਾ। ਉਹ 'ਚ ਆਉਂਦੀ ਆ 100 ਗੋਲੀਆਂ, ਮੈਂ ਉੱਪਰ ਦੇਖੀ ਜਾਂਦਾ ਵੀ ਸਾਲਾ ਡਰੋਪ ਕਿੱਥੇ ਗਿਆ, ਜਦ ਦੇਖਦਾ ਡਰੋਪ ਹੇਠ ਪਿਆ ਹੁੰਦਾ, ਪਹਿਲਾਂ ਹੀ ਨਿਕਲਿਆ ਹੋ ਜਾਂਦਾ ਧੂੰਆਂ ਪੀਲਾ, ਪਹਿਲੀ ਆ ਜਾਂਦਾ। ਚੱਲ ਦੇਖਦੇ ਹਾਂ ਜਾ ਕੇ 100 ਗੋਲੀ ਵਾਲੀ, ਮਹਾਂ ਤਾਂ ਮਾੜੀ ਹੋ ਗਈ। ਫਿਰ ਵੀਰੇ ਉਰੇ ਦੇਖੀ ਘਾਤਕ ਸਟੰਟ, ਉਰੇ ਇੱਕ ਹੋਰ ਡਰੋਪ ਫਲੇਅਰ ਨਹੀਂ ਚੱਲੀ ਪੈਂਦੀ ਦੇਖੀ,
ਕਿਉਂ ਪਹਿਲਾਂ ਹੀ ਚਲਾਤੀ ਹੈ ਮੋਟਰਸਾਈਕਲ ਨਾਲੇ ਚੱਕ ਲਿਆ। ਠੀਕ ਹੈ ਠੀਕ ਹੈ ਠੀਕ ਹੈ, ਇਹ ਉੱਥੇ ਸੀਗਾ ਜਿਹੜੇ ਸਾਰੇ ਅੱਡ ਅੱਡ ਖੇਡੇ ਪਏ ਸੀ। ਹਾਂ ਦੇਖੀ ਉਰੇ ਦੇਖੀ ਭੈਣ ਚੋ ਖਾਨੀ ਕਿਹੜਾ ਨਸ਼ਾ ਕਰਿਆ ਵਾ ਇਹਦਾ, ਦੇਖ ਆਈ ਰਿਵਾਈਵ ਦੇਣ ਲੱਗ ਜੂ, ਚੱਕ ਲੈ ਡ੍ਰਾਪ ਮੰਗਾਇਆ ਉਹ ਦੇਖੀ ਆਹ ਗੋਲੀਆਂ ਲੱਗ ਜੂ ਮਾਰਨ, ਆਹ ਤੈਂ ਚੱਕ ਲਿਆ ਇੱਕੋ ਮੈਂ ਚੱਕ ਲਿਆ। ਦੇਖੀ ਹੁਣ ਦੇਖਿਓ ਜੀ ਇਹਨਾਂ ਨੂੰ ਕਿਵੇਂ ਪਹਿਲਾਂਗੇ ਪੰਪ ਬਾਰੀ ਕਰਕੇ। ਤੇਰੀ ਹੁਣ ਕਿਹਨੇ ਘਟਾਈ ਸੀ ਹੈਲਥ? ਆਏ ਨਹੀਂ ਸਾਹਮਣੇ ਵਾਲੇ ਨਹੀਂ ਬੰਬ ਸਿੱਟੇ, ਹੁਣ ਸਿੱਟਤਾ ਬੰਬ ਫਿਰ ਇੱਧਰ ਦੀ ਜਾਊਂਗਾ ਟੇਟ ਮਾਰ ਕੇ। ਆਦੇ ਆ ਰਿਹਾ ਦਿਮਾਗ ਨਾਲ ਸੋਚ ਕੇ ਦੂੰਗੀ ਗੇਮ। ਚਲੋ ਜੀ ਖਤਮ ਹੈ ਵੀ ਪਏਗਾ ਪਊਗਾ, ਉੜਤਾ ਧੂਆਂ ਉੜਤਾ ਪੰਜਾਬ, ਬੱਤੀਆਂ ਵੀ ਲਾਲ ਲਾਲ ਚੱਲਦੀਆਂ ਨੇ ਤੇ ਡੱਬੇ ਹਰੇ ਚਮਕਦੇ ਨੇ ਪਰ ਆਂਡੀ ਜੀ ਉਦੋਂ ਮੱਚਦੀ ਹੁੰਦੀ ਹੈ ਇਹ ਲਾਲ ਪੀਲੀਆਂ ਜੀ, ਜਦੋਂ ਬੰਦਾ ਬਿਮਾਰ ਕੇ ਤਾਜ਼ਾ ਤਾਜ਼ਾ ਹੀ ਹਟਦੇ ਆ ਅੱਛਾ ਉਦੋਂ ਮੱਚਦੀ ਹੈ ਇਹ, ਨਹੀਂ ਮੱਚਦੀ ਨੂੰ ਬਾਈ ਜੀ ਉਰੇ ਮਿਲ ਜਾਂਦੇ ਆ ਗਰੋਜ਼ਾ ਮਾਂ ਐਮ ਓ 416 ਜੀ ਸਿੱਟਣ ਦੇ ਗਰੋਜ਼ਾ ਲੈਂਦੇ ਹਾਂ ਫਿਰ ਗੱਡੀ ਲੈ ਕੇ ਆ ਜਾਂਦੇ ਅਸੀਂ ਡਰੋਪ 'ਤੇ। ਬਾਬੇ ਡਰੋਪ ਤਾਂ ਅਸੀਂ ਛੱਡਦੇ ਨਹੀਂ ਹੈਗੇ ਕੋਈ ਵੀ ਬੰਦੇ ਹੋਣਗੇ, ਅਸੀਂ ਮਰਦੇ ਵੀ ਬਹੁਤ ਹਾਂ ਡਰੋਪ 'ਤੇ ਪਰ ਅਸੀਂ ਮਾਰਦੇ ਵੀ ਬਹੁਤ ਹਾਂ ਲੋਬੀ ਚ ਦੇਖ ਲੋ ਚ ਸਾਈਡ ਤੇ ਸਾਰੇ ਇੰਡੀਆ ਵਾਲੇ ਆ ਰਹੇ ਆ ਕੋਈ ਬੋਟ ਨਹੀਂ। ਹਾਂ ਤੇ ਵਿੱਚ ਦੇਖੋ ਇੰਡੀਆ ਦਾ ਸਾਰੇ ਨਿਸ਼ਾਨ, ਆਹ ਬਾਈ ਨੇ ਸਰਵਰ ਹੋਰ ਲਾਇਆ ਵਾ ਹੁਣ ਇਹਨੇ ਤਾਂ ਕਰਕੇ ਇਹਦਾ ਹੋਰ ਸੀ। ਤੇ ਕਿੱਲ ਫੀਲਡ ਚ ਦੇਖਿਓ ਸਾਰੇ ਆਪਣੇ ਇੰਡੀਆ ਵਾਲੇ ਚੰਗੋ ਆਉਣਗੇ। ਅਤੇ ਉਰੇ ਦੇਖਿਓ ਵੀਰਾ ਕਹਿੰਦਾ ਆਪਾਂ ਗੱਡੀ ਲੈ ਕੇ ਨਾ ਨਜ਼ਾਰੇ ਨਾਲ ਗਾਣੇ ਸੁਣਦੇ ਜਾਂਦੇ ਹੁੰਦੇ ਉਰੇ ਪੈਂਦੀਆਂ ਨੇ ਗੋਲੀਆਂ ਉਹ ਵੀ ਡਾਇਰੈਕਟ ਉਰੇ। ਮੈਂ ਵੀਰੇ ਨੂੰ ਕਹਿੰਦਾ ਮੈਨੂੰ ਦੱਸ ਬੰਦਾ ਕਿੱਥੇ ਮੈਂ ਗੱਲ ਕਰਨੇ ਨੇ, ਦੇਖਿਓ ਬੰਦੇ 'ਤੇ ਗੱਡੀ ਚੜ੍ਹਾ ਕਹੂਗਾ ਆਹ ਤੀ ਬੰਦਾ ਆਹ ਤੀ ਕਹਿੰਦਾ ਬੰਦਾ ਉਹ ਮੈਨੂੰ ਪਾਜ ਜਿਹੀ ਕੁਲ ਚੱਲਣ ਜੇ ਦੀ ਮਾਂ। ਫਿਰ ਹੁਣ ਉੱਧਰ ਚੱਲਦੇ ਹਾਂ ਉੱਥੇ ਜਿਹੜਾ ਗੋਲੀਆਂ ਮਾਰ ਰਿਹਾ ਸੀ ਇਹਦੇ ਨਾਲ, ਦੇਖਿਓ ਕੀ ਗਲਤ ਸੀਨ ਹੋਣਗੇ। ਉਰੇ ਗੱਡੀ ਆਊਗੀ ਕਦੂੰ ਮਚਾਲੇ ਮਾਂ ਬਾਈ ਟਾਇਟ ਹੋਏ ਵੇ ਦੀ ਗੱਡੀ, ਘਰ ਵਾਲੀ ਚਲਾ ਰਹੀ ਸੀ ਉਹਦੀ ਤੀਵੀਆਂ ਤੇ ਬਾਰ ਨੀ ਕਰਦੇ ਆਪਾਂ ਮਰਦਾਂ ਦੇ ਬਾਰ ਕਰਦੇ ਆ। ਵਧੀਆ ਸੋਚ ਲੱਗੀ ਮੈਨੂੰ ਇਹ ਤੇਰੀ ਬਾਈ। ਹਾਂ ਬਾਈ ਬਹੁਤ ਵਧੀਆ। ਮੈਂ ਵੀਰੇ ਨੂੰ ਕਹਿੰਦਾ ਗੈਲ ਗੈਲ ਆ ਜਾ ਕਿਤੇ ਧੂੰਆਂ ਜਾ ਮੇਰਾ ਕੱਢ ਦੇਣ ਗੱਦ। ਅਤੇ ਉਰੇ ਬੰਦਾ ਮੈਨੂੰ ਆਇਆ ਸੀ ਕੋਠੇ 'ਤੇ, ਆ ਬੰਦਾ ਦੇਖਿਓ ਕਿੱਥੇ ਨਿਕਲੂਗਾ ਮੇਰੇ ਸਾਲੇ ਦੇ ਸੱਪ ਉਹੀ ਤਾਂ ਗੱਲ ਕਿਵੇਂ ਚ ਲੁਕ ਲੁਕ ਆਹ ਤੀ ਦੇਖਿਓ ਗਲਤ ਸੀ ਨਾ, ਇੱਧਰ ਆਇਆ ਉਹਦੇ ਉੱਧਰ ਵੱਗ ਗਿਆ ਉਹ ਮੈਂ ਗੋਲੀਆਂ ਚਲਾਉਣੀਆਂ ਆਦੇ। ਹੁਣ ਉਹਨੂੰ ਐਂ ਹੋ ਗਿਆ ਵੀ ਇਹਦੀ ਗੋਲੀਆਂ ਮੁੱਕ ਗਈਆਂ ਮੈਗਜ਼ੀਨ ਉਹ ਆ ਕੇ ਚਲਾਉਣ ਲੱਗ ਗਿਆ। ਦੇਖ ਦੋ ਸੀਗੇ ਇੱਕ ਸੀਗਾ ਇੱਕ ਸੀ ਬਾਬੇ ਲੂਟ ਵਾਲਾ ਤਾਂ ਇਹਨੇ ਸਿਰ ਹੀ ਕਰਾਤਾ। ਲੱਗਣ ਲੱਗ ਜਾਂਦੀ ਆ ਉਰੇ ਬੰਦੇ ਲੜਨ ਲੱਗ ਜਾਂਦੇ ਆ ਆਪਸੀ ਲੜਦੇ ਨੇ ਫਿਰ ਦੇਖਿਓ ਉਹਨਾਂ ਨੂੰ ਆ ਚੱਲ ਪਈ ਮਹਾ ਵੀ ਉੱਧਰ ਸਾਲੇ ਕਿੱਲ ਚੋਰੀ ਕਰ ਲੈਂਦੇ ਆ ਯਾਰ। ਮੈਂ ਦੋ ਗੋਲੀਆਂ ਮਾਰ ਕੇ ਉਹਨੂੰ ਡੈਮੇਜ ਦਿੰਦਾ ਉਹ ਸਾਲੇ ਕੋਠੇ ਵਾਲੇ ਕਿੱਲ ਚੋਰੀ ਕਰ ਲੈਂਦੇ ਨੇ ਮੇਰਾ। ਮਹਾਂ ਕੋਈ ਨਾ ਤੁਸੀਂ ਮੇਰਾ ਕਿੱਲ ਚੋਰੀ ਕਰਿਆ ਨਾ ਮੈਂ ਹੁਣ ਤੁਹਾਡੇ ਤੇ ਮਾਰ ਕੇ ਕਿੱਲ ਚੋਰੀ ਕਰੂੰ। ਪਹਿਲਾ ਸ਼ੋਟ ਦੂਜਾ ਸ਼ੋਟ
ਹੁਣ ਇੱਕ ਗੋਲੀ ਦੀ ਕਾ ਸਰਤੀ, ਜਦ ਨੂੰ ਉਹ ਮਾਰ ਦੂ ਦੇਖੀ ਉਹਨੂੰ, ਹੁਣ ਉਹ ਲੋਕੇ ਗਿਆ ਨਹੀਂ ਤਾਂ ਮੈਂ ਚੱਕ ਦਿੰਦਾ ਆ ਦੇ ਉਹਨੇ ਮਾਰਤਾ ਕਿੱਲ ਫੀਲਡ 'ਚ ਦੇਖ ਮਹਾਂ ਕੋਈ ਨਾ ਸਾਲਿਓ, ਹੁਣ ਤੁਸੀਂ ਗਰੋਜ਼ਾ ਚਲਾ ਰਹੇ ਹੋ ਨਾ, ਮੈਂ ਠੋਕੂ। ਮੈਂ ਬਣੇ ਵੀਰੇ ਨੂੰ ਕਿਹਾ ਵੀ ਤੂੰ 100 ਗੋਲੀਆਂ ਵਾਲੀ ਆ ਤੇਰੇ ਕੋਲ, ਤੂੰ ਦੂਏ ਲੋਟ ਉਹਨੇ ਬਾਅਦ ਚਲਾ ਦੇ ਗੋਲੀਆਂ, ਵੀ ਉਹਨਾਂ ਨੂੰ ਬਦਲਾ ਲਾ ਵੀ ਮੈਂ ਉਹਨਾਂ ਦੇ ਕੋਲ ਜਾਊਂਗਾ, ਵੀ ਉਹਨਾਂ ਨੂੰ ਮੇਰੇ ਆਵਾਜ਼ ਨਾ ਪਤਾ ਲੱਗੇ ਪੈਰਾਂ ਦੀ ਵੀ ਬੰਦਾ ਕਿੱਧਰ ਆ ਰਿਹਾ। ਉਹਦੇ ਤੋਂ ਵੀ ਪੱਦ ਨਿਕਲ ਗਏ ਦੇ ਉਹਦੀ ਕੜਤੀ ਟੱਟੀ ਵੀਰੇ ਨੇ ਚਲਾ ਕੇ 100 ਗੋਲੀਆਂ ਵੀ ਕਿੱਧਰੋਂ ਪੈ ਰਹੀਆਂ ਨੇ ਗੋਲੀਆਂ, ਦੇਖਿਓ ਹੁਣ ਬੰਦਾ ਉਹ ਰਿਹਾ ਤੇ ਦੇਖਿਓ ਉਹ ਰਿਹਾ ਘਰ ਚ ਵੱਗ ਗਿਆ ਉਹ। ਮੈਂ ਵੀ ਭੱਜ ਗਿਆ ਵੀਰੇ ਨੇ ਕਿਹਾ ਗੋਲੀਆਂ ਚਲਾ ਦੋ, ਵੀਰੇ ਨੇ ਕੜਤੀ ਧੁੱਕੀ ਗੋਲੀਆਂ ਚਲਾ ਕੇ, ਤੇ ਬੰਦਾ ਹੁੰਦਾ ਰੇ ਦੇਖਿਓ ਹੁਣ ਕਿਵੇਂ ਪਹਿਲਾਂਗੇ ਇਹਨਾਂ ਨੂੰ, ਇਹਨੂੰ ਡੈਮੇਜ ਦਿੱਤੀ ਜੇ, ਹੈਲਥ ਕਿੱਟ ਲਾ ਰਿਹਾ ਸੀਗਾ, ਲਾਲਾ ਲਾਲਾ ਪੁੱਤ ਲੋਬੀ ਚ ਜਾ ਕੇ 6 ਛੂ ਦੇ ਸਕੋਪ ਜੇ ਸਭ ਲਈ ਫਿਰਦੇ ਸੀਗੇ, ਆਪਣੇ ਗੋਲੀ ਪੈ ਰਹੀ ਆ ਬਾਜਾਂ ਦਿਖਾ ਰਹੀ ਆ, ਫਿਰ ਹੋਰ ਕਿੱਧਰੋਂ ਪੈ ਰਹੀ ਆ ਇਹ ਨੀ ਪਤਾ, ਡਰ ਗਏ। ਤੇ ਹੁਣ ਲੈ ਜਾਂਦਾ ਲਾਸਟ ਬੰਦਾ, ਮੈਂ ਵੀਰੇ ਨੂੰ ਕਿਹਾ ਵੀ ਇਹਨੂੰ ਫੁੱਲ ਡਰਾ ਕੇ ਆਪਾਂ ਫਿਰ ਚਿਕਨ ਡਿਨਰ ਕਰਨਾ, ਬਸ ਸਾਲਾ ਲੱਭੇ ਨਹੀਂ ਰਿਹਾ ਸੀਗਾ ਵੀ ਇਹਨੂੰ ਡਰਾ ਦਿੰਦੇ ਹਾਂ, ਬਾ ਫਿਰ ਗੋਲੀਆਂ ਚਲਾ ਦਿੰਦੇ ਹਾਂ ਦੂਏ ਲੋਟੇ ਵੀ ਸਾਲੇ ਦੀ ਮੌਕਤਾ ਲਾਈਏ, ਦੇਖਿਓ ਹੁਣ ਹਾਲੇ ਇੰਨੇ ਮਾਂ ਚੱਲ ਉਹਨੂੰ ਡਰਾ ਦਈਏ ਥੋੜ੍ਹਾ ਜਿਹਾ ਬਈ, ਨਾਲੇ ਲਾਈਵ ਜਦੋਂ ਆਪਾਂ ਹੁੰਦੇ ਹਾਂ ਹਨਾ, ਤੁਸੀਂ ਹੋ ਜਾਇਆ ਕਰੋ, ਆਪਾਂ ਨੂੰ ਉਹਦੇ 'ਚ ਗੇਮ ਦਾ ਤਾਂ ਘੱਟ, ਆਪਾਂ ਨੂੰ ਇਹ ਹੁੰਦਾ ਵੀ ਆਪਾਂ ਫਨ ਸ਼ਨ ਵੱਧ ਕਰ ਲਈਏ। ਹਾਂ ਬਾਬੇ ਚਿਕਨ ਚੁਕਨ ਡਿਨਰ ਦਾ ਕੋਈ ਚੱਕਰ ਨਹੀਂ, ਸਵਾਦ ਨੂੰ ਖੇਡਿਆ ਕਰੋ ਗੇਮ, ਹਾਂ ਨਜ਼ਾਰੇ ਲਿਆ ਕਰੋ ਨਜ਼ਾਰੇ। ਬਾਕੀ ਇਹ ਹੁੰਦਾ ਕਿ ਕਈ ਵਾਰੀ ਹੋ ਵੀ ਜਾਂਦਾ ਡਿਨਰ, ਕਈ ਵਾਰੀ ਨਹੀਂ ਹੁੰਦਾ ਨਹੀਂ ਬਈ ਜੀ, ਕਦੇ ਕਦੇ ਐਂ ਮੁੜਨਾ ਪੈਂਦਾ ਉੱਤਰ ਸਾਰ। ਮੈਨੂੰ ਵੀਰਾ ਕਹਿੰਦਾ ਹੁਣ ਇੱਧਰ ਘਰ 'ਚ ਬੰਦਾ ਲੱਗਦਾ, ਮਹਾਂ ਚੱਲ ਕੋਈ ਨਾ ਮੈਂ ਦੇਖਦਾ, ਚੱਲਦਾ ਮੁੜ ਕੇ ਦੇਖਦਾ ਵੀਰੇ ਦੇ ਗੈਲ ਬਚ ਗਿਆ ਜਿਵੇਂ ਇਹਦਾ ਇਹਦਾ ਨੈੱਟ ਆਫ ਸੀਗਾ ਗਿਆ ਹੋਇਆ ਸੀ। ਮਾਂ ਚੱਲ ਲਓ ਜੀ ਹੋ ਗਿਆ ਵਿਨਰ ਵਿਨਰ ਚਿਕਨ ਡਿਨਰ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ, ਜਿਹੜੇ ਨਵੇਂ ਆ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ। ਧੰਨਵਾਦ ਜੀ ਵੀਡੀਓ ਦੇਖਣ ਲਈ।